ਹੈਲੋ। ਹਾਂ ਵੀਰਾ, ਵੀਰ ਕੀ ਹਾਲ ਏ? ਠੀਕ ਆ, ਕਿੱਥੇ ਹੋ? ਆ ਯਾਰ, ਧਰਮਿੰਦਰ ਨਾਲ ਹੀ ਤਾਂ ਬੈਠੇ ਸੀ, ਇੱਥੇ ਆਇਆ ਤੂੰ ਹੀ, ਆ ਬੈਠਦੇ ਹਾਂ। ਚੱਲ ਠੀਕ ਆ, ਆਉਣਾ ਮੈਂ ਵੀ। ਹੋਰ ਵੀਰਾ ਜੀ, ਕੀ ਹਾਲ ਏ? ਉਹ ਠੀਕ ਆ। ਕੀ ਗੱਲ, ਬੜੇ ਧਿਆਨ ਨਾਲ ਦੇਖ ਰਹੇ? ਉਹ ਨਹੀਂ ਨਹੀਂ ਕੁਛ ਨਹੀਂ ਯਾਰ, ਲੱਗਦਾ ਇਹਦਾ ਵੀ ਜੀ ਕਰਦਾ ਵਾਲ ਕਟਾਉਣ ਨੂੰ। ਦੇਖ ਰਾਜੇ, ਜੇ ਤੇਰਾ ਜੀ ਕਰਦਾ ਕਟਵਾ ਲਾ ਵਾਲ। ਰਹੀ ਤੇਰੇ ਘਰਦਿਆਂ ਦੀ ਗੱਲ, ਇੱਕ ਦੋ ਦਿਨ ਗੁੱਸਾ ਕਰਨਗੇ, ਆਪੀ ਚੁੱਪ ਕਰ ਦੇਣਗੇ। ਉਹ ਨਹੀਂ ਨਹੀਂ ਯਾਰ, ਘਰੋਂ ਬੜੇ ਛਿੱਤਰ ਪੈਣਗੇ ਯਾਰ, ਇੱਕ ਵਾਰੀ ਛਿੱਤਰ ਪੈਣਗੇ ਚੁੱਪ ਕਰਕੇ ਖਾ ਲਈ, ਉਸ ਤੋਂ ਬਾਅਦ ਮੌਜਾਂ ਹੀ ਮੌਜਾਂ। ਉਹ ਪੱਕੀ ਗੱਲ ਆ ਬਾਈ? ਐਨ ਪੱਕੀ ਗੱਲ, ਐਨ ਪੱਕੀ ਗੱਲ ਆ ਬਾਈ। ਚੱਲ ਠੀਕ ਆ, ਫਿਰ ਕੱਲ ਨੂੰ ਕਰਾਉਣੇ ਆ ਕੰਮ। ਕਟਵਾ ਦੇ ਕਟਵਾ ਦੇ ਯਾਰ, ਬੜਾ ਨਜ਼ਾਰਾ ਆਊ। ਉਹ ਯਾਰ, ਹੁਣ ਘਰ ਕਿਵੇਂ ਜਾਵਾਂ? ਕੀ ਘਰ ਕਿਵੇਂ ਜਾਵਾਂ? ਚਲਾ ਜਾ ਬਸ, ਇੱਕ ਵਾਰੀ ਗਾਲਾਂ ਪੈਣਗੀਆਂ ਚੁੱਪ ਕਰਕੇ ਖਾ ਲਈ। ਚੱਲ ਦੇਖੀ ਜਾਊ ਜੋ ਬਣੂ ਹੁਣ। ਉਹ ਯਾਰ ਕੁਛ ਨਹੀਂ ਹੁੰਦਾ, ਤੇਰੇ ਨਾਲ ਖੜੇ ਆ। ਚੱਲ ਠੀਕ ਆ, ਫਿਰ ਚੱਲਦਾ ਮੈਂ। ਸੁਣਦੇ ਹੋ ਜੀ, ਉਹ ਤੇਰੀ ਓ ਮੰਮੀ, ਮੰਮੀ, ਦੀਪ, ਦੀਪ, ਮੰਮੀ, ਮੰਮੀ ਕੀ ਹੋਇਆ ਤੈਨੂੰ? ਦੀਪ, ਦੀਪ ਕੀ ਹੋਇਆ ਤੈਨੂੰ?
ਸਰਦਾਰ ਬੱਬੂ। ਮੰਮੀ ਜੀ ਇਹ ਜੂੜਾ ਕਾਹਦੇ ਲਈ ਖਰੀਦੇ? ਪੁੱਤਰ ਇਹ ਜੂੜਾ ਨਹੀਂ ਸਰਦਾਰੀ ਹੈ। ਇਸ ਜੱਗ ਤੇ ਸਰਦਾਰ ਬੰਦੇ ਦੀ ਵੱਖਰੀ ਪਹਿਚਾਣ ਹੁੰਦੀ ਹੈ। ਇਹ ਸਰਦਾਰੀ ਆਪਾਂ ਨੂੰ ਆਪਣੇ ਗੁਰੂਆਂ ਤੋਂ ਮਿਲੀ ਹੈ। ਇਹਨਾਂ ਕੇਸਾਂ ਕਰਕੇ ਤਾਂ ਪੁੱਤਰ ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪੜੀ ਲਹਾ ਦਿੱਤੀ ਸੀ, ਪਰ ਕੇਸਾਂ ਨੂੰ ਹੱਥ ਨਹੀਂ ਸੀ ਲਾਉਣ ਦਿੱਤਾ। ਅਜੇ ਤੱਕ ਇਸ ਦੁਨੀਆਂ ਵਿੱਚ ਐਸੀ ਕੋਈ ਚੀਜ਼ ਨਹੀਂ ਬਣੀ ਜਿਸ ਦੀ ਕੀਮਤ ਇਹਨਾਂ ਕੇਸਾਂ ਨਾਲ ਕੀਤੀ ਜਾ ਸਕੇ। ਸਮਝ ਆਈ ਪੁੱਤਰ? ਹਾਂ ਮੰਮੀ ਜੀ, ਇਹ ਮੇਰੇ ਲਈ ਬਹੁਤ ਅਨਮੋਲ ਨੇ। ਮੰਮੀ ਜੀ ਮੈਨੂੰ ਮਾਫ ਕਰ ਦਿਓ। ਹੋਰ ਵੀ ਰਾਜੇ ਕਿਵੇਂ ਆ? ਯਾਰ ਤੁਸੀਂ ਚੰਗਾ ਨਹੀਂ ਕੀਤਾ, ਪੰਪ ਭਰ ਭਰ ਕੇ ਮੇਰੇ ਵਾਲ ਕਟਵਾ ਤੇ। ਆਹੋ ਜੀ ਤੇ ਤੇਰਾ ਆਪਣਾ ਕਰਦਾ ਸੀ ਵਾਲ ਕਟਾਉਣ ਨੂੰ, ਤੂੰ ਤਾਂ ਉਹੀ ਗੱਲ ਕਰਤੀ, ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਯਾਰ ਤੁਹਾਨੂੰ ਕੀ ਪਤਾ ਸੀ ਬਿੱਲੀ ਗੱਲ ਵਾਜੂ? ਚੱਲ ਛੱਡੋ ਯਾਰ, ਰਾਜੇ ਆਪਾਂ ਕਬੱਡੀ ਦਾ ਮੈਚ ਵੇਖਣ ਚੱਲਦੇ ਹਾਂ। ਯਾਰ ਤੁਸੀਂ ਜਾਓ, ਮੇਰਾ ਜੀ ਨਹੀਂ ਕਰਦਾ। ਚੱਲ ਯਾਰ, ਜੋ ਹੋਣਾ ਸੀ ਉਹ ਹੋ ਗਿਆ, ਆਪੀ ਹੌਲੀ ਹੌਲੀ ਠੀਕ ਹੋ ਜਾਊ। ਚੱਲ ਯਾਰ, ਨਾਲੇ ਤੇਰਾ ਮੂੰਹ ਠੀਕ ਹੋ ਜੂ। ਹਾਂ ਫਿਰ ਚੱਲਦੇ ਹਾਂ ਯਾਰ। ਹਾਂ ਵੀ ਜਸਵੰਤ, ਤੈਨੂੰ ਦਿੱਤਾ ਸਮਾਂ ਹੁਣ ਖਤਮ ਹੋਇਆ, ਆ ਜ਼ਮੀਨ ਹੁਣ ਸਾਡੀ ਹੋਈ। ਇੰਝ ਨਾ ਕਰੋ ਸੇਖ ਜੀ, ਮੈਨੂੰ ਕੁਝ ਸਮਾਂ ਹੋਰ ਦੇ ਦਿਓ, ਮੈਂ ਤੁਹਾਡਾ ਸਾਰਾ ਕਰਜ਼ਾ ਮੋੜ ਦਿਆਂਗਾ। ਇਹ ਸਭ ਮੈਨੂੰ ਨਹੀਂ ਪਤਾ। ਮੇਰਾ ਇੱਕੋ ਇੱਕ ਤਾਂ ਸਹਾਰਾ ਹੈ ਜੀ ਇਹ ਜ਼ਮੀਨ, ਜੇ ਤੁਸੀਂ ਇਹ ਲੈ ਲਈ ਤਾਂ ਮੇਰੇ ਬੱਚਿਆਂ ਦਾ ਕੀ ਬਣੂ? ਕੀ ਹੋਇਆ ਬਾਈ? ਅਰੇ ਕਿਆ ਬਤਾਊ ਸਰਦਾਰ ਜੀ, ਜੇ ਜੋ ਆਪਣੇ ਜਸਵੰਤ ਸਰਦਾਰ ਜੀ ਹੈ ਨਾ, ਇਸ ਸੇਠ ਸੇ ਕੁਛ ਕਰਜ਼ਾ ਲਿਆ ਥਾ, ਔਰ ਅਬ ਯੇ ਸੇਠ ਇਨਕੀ ਜ਼ਮੀਨ ਪਰ ਕਬਜ਼ਾ ਕਰਨਾ ਚਾਹਤਾ ਹੈ। ਅਰੇ ਸਰਦਾਰ ਜੀ, ਯੇ ਲਾਲਾ ਤੋ ਬਹੁਤ ਪਹੁੰਚੀ ਹੋਈ ਚੀਜ਼ ਹੈ, ਬੜੇ ਬੜੇ ਲੋਕ ਇਸ ਸੇ ਡਰਤੇ ਹੈ, ਬਹੁਤ ਪਾਵਰਫੁਲ ਹੈ ਯੇ ਤੋ। ਲਾਲਾ ਜੀ ਤੁਸੀਂ ਮੇਰੇ ਤੇ ਰਹਿਮ ਕਰੋ, ਤੁਸੀਂ ਮੇਰਾ ਯਕੀਨ ਕਰੋ ਜੀ, ਮੈਂ ਆਈ ਸੀਜ਼ਨ ਤੁਹਾਡੀ ਪਾਈ ਪਾਈ ਮੋੜ ਦਿਆਂਗਾ। ਚੱਲ ਬਈ ਜਸਵੰਤ, ਇੱਥੇ ਸਾਈਨ ਕਰ। ਇਸ 'ਤੇ ਕੀ ਲਿਖਿਆ ਜੀ?
ਇਸ ਤੇ ਲਿਖਿਆ ਕਿ ਤੂੰ ਕਰਜ਼ਾ ਮੋੜ ਨਹੀਂ ਸਕਿਆ ਤੇ ਤੇਰੀ ਜ਼ਮੀਨ ਹੁਣ ਸਾਡੀ ਹੋਈ। ਪਰ ਇਹ ਤੇ ਸਰਾਸਰ ਧੱਕਾ ਜੀ। ਤੂੰ ਸਾਈਨ ਕਰਦਾ ਹੈ ਕਿ ਕਰਵਾਵਾਂ ਦੂਜੇ ਤਰੀਕੇ ਨਾਲ? ਬੜਾ ਹਰਾਮੀ ਆ ਉਹ ਲਾਲਾ। हाँ जी जसवंत जी, की गल होगी? हैलो सरदार साहब। ਤੂੰ ਫਿਕਰ ਨਾ ਕਰ ਜਸਵੰਤ, ਸਰਦਾਰ ਸਾਹਿਬ ਆ ਰਹੇ ਨੇ। ਅਰੇ ਵਾਹ, ਸਰਦਾਰ ਸਾਹਿਬ ਆ ਰਹੇ ਹੈ, ਅਬ ਆਏਗਾ ਮਜ਼ਾ, ਅਬ ਦੇਖਣਾ ਇਸ ਸੇਠ ਕਾ ਕਿਆ ਹਾਲ ਹੋਗਾ। ਸਰਦਾਰ ਸਾਹਿਬ, ਇਹ ਸਰਦਾਰ ਸਾਹਿਬ ਕੌਣ ਹੈ? ਇਹ ਤੂੰ ਬੜਾ ਖੁਸ਼ ਹੋਇਆ ਸਰਦਾਰ ਸਾਹਿਬ ਦਾ ਨਾਮ ਸੁਣ ਕੇ, ਪਰ ਹੈ ਕੌਣ ਸਰਦਾਰ ਸਾਹਿਬ? ਉਹ ਤੂੰ ਠੰਡ ਰੱਖ, ਲੱਗ ਜੂ ਪਤਾ ਜਦੋਂ ਆਉਣਗੇ। ਸਰਦਾਰ ਸਾਹਿਬ ਆ ਗਏ, ਸਰਦਾਰ ਸਾਹਿਬ ਆ ਗਏ।
सरदार साहब। हाँ भी लाला, की चक्कर पै गया? कुछ नहीं जी, कोई चक्कर नहीं। पर मैनू तो फोन से कुछ होर ही कहा गया सी, की गल है? कुछ नहीं जी, कोई गल ही नहीं जी। हाँ जी सरदार जी, तुसी दसो की गल है? सरदार साहब, मैं इन्हां तो 5 लाख का कर्जा लिया सी, अद्धा कर्जा इन्हां नूं मोड़ दिता। घर दे माड़े हालात होने करके इन्हां दा अद्धा कर्जा मोड़ नहीं सकिया जी, ये मेरी जमीन दबण आ गई। कोई गल नहीं सरदार साहब, कर्जा ही है, आप ही मोड़ दू, आप केड़ा कोई काली है। बंदे नू बंदा समझो लाला जी, इन्हां दी मजबूरी समझो, मजबूरी का फायदा ना चुको। किसी भी किसान का जी नहीं करता कर्जा चुकन लई, पर इन्हां दे हालात इन्हां नू मजबूर करते हैं। किसान देश का अंदा तां है, इन्हां नू खुदकुशियां कर ली लाचार ना करो। कल से मैं भी पगड़ी बांधूंगा और मैं भी सरदार कहलाऊंगा। कल से मैं भी पगड़ी बांधूंगा और मैं भी सरदार कहलाऊंगा। यार मैं नहीं जाना मैच मुच देखने, मैनू घर ही छड़ दो। हुण तेनू की हो गया? ओ नहीं यार, मैनू बस घर ही छड़ दो यार। सरदारी किड्डी तगड़ी चीज है, वेख्या वो लाला सरदार साहब नू वेख के किवें डर गया। जे यार तुसी भी नहीं जाना ते मैं भी नहीं जाना। मैं तो बहुत बड़ी गलती होगी, मैनू इंज नहीं सी करना चाहिए।
ਅੱਜ ਵੇਖ ਸਰਦਾਰੀ ਦੀ ਅਸਲੀ ਤਾਕਤ। ਮੈਨੂੰ ਮਾਫ਼ ਕਰ ਦਿਓ ਮੰਮੀ ਜੀ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਪਰ ਮੈਨੂੰ ਹੁਣ ਪਤਾ ਲੱਗ ਗਿਆ ਮੈਂ ਕੌਣ। ਮੈਂ ਇੱਕ ਸਰਦਾਰ ਹਾਂ, ਸਰਦਾਰੀ ਮੇਰਾ ਵਜੂਦ ਹੈ, ਸਰਦਾਰੀ ਮੇਰੀ ਸ਼ਾਨ ਅਤੇ ਮੇਰਾ ਮਾਣ ਹੈ। ਅਣਖ ਸਾਡਾ ਮਾਣ ਹੈ, ਪੱਗ ਸਾਡੀ ਸ਼ਾਨ ਹੈ, ਇਹਨੂੰ ਭੁੱਲ ਨਾ ਜਾਇਓ, ਕਿਉਂਕਿ ਸਰਦਾਰੀ ਸਾਡੀ ਜਾਨ ਹੈ।